ਉਧਰ ਇਸ ਮੌਕੇ ਤੇ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਕਿਹਾ ਕਿ ਅੰਡੇਮਾਨ ਨਿਕੋਬਾਰ ਵਿਖੇ ਐਸਜੀਪੀਸੀ ਵੱਲੋਂ 7 ਮੈਂਬਰੀ ਭੇਜੀ ਕਮੇਟੀ ਵੱਲੋਂ ਜੋ ਰਿਪੋਰਟ ਦਿੱਤੀ ਜਾਵੇਗੀ ਉਸ ਸੰਬੰਧੀ ਅਗਲੇਰੀ ਕਾਰਵਾਈ ਹੋਵੇਗੀ। ਸਾਡੀ 7 ਮੈਂਬਰੀ ਟੀਮ ਜਿਹੜੀ ਹੈ ਉਹ ਅੱਜ ਉੱਥੇ ਹੀ ਹੈ, ਗੱਲ ਪਾਣੀ ਸਾਰੀ ਇਨਕੁਆਇਰੀ ਕਰਕੇ ਸਾਰਾ ਵਾਪਸ ਆਉਣਗੇ। ਜੋ ਉਹਦੀ ਰਿਪੋਰਟ ਆਏਗੀ ਉਸ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਲੋੜ ਅਨੁਸਾਰ ਜਿਹੜਾ ਕੇਂਦਰੀ ਸਰਕਾਰ ਅਸੀਂ ਇਸ਼ੂ ਉਹਦੇ ਨਾਲ ਵੀ ਉਦੋਂ ਉਠਾਵਾਂਗੇ।